सतगुर सज्जन मिलया नानक नाम मिलै ता जीवा तन मन थीवै हरिया नानक नाम मिलै ता जीवा तन मन थीवै हरिया ज्ञान ध्यान कछ कर्म न जाना सार न जाना तेरी सबते वड़ा सतगुर नानक जिन कल राखी मेरी टल गुर सेवी है नस सहज सुभाए तन परसिया गुरु कै जन्म मरण दुख जाए सिफत कसम दि नूर अरसों कुरसों चटी है डिठे सच्चे पातशाह अल जन्म जन्म दी कटी है डिठे सच्चे पातशाह माल जन्म जन्म दी कटी है सतनाम श्री वाहिगुरु साहिब जीओ श्लोक महला तीजा गुरमुख प्रभ सेवे सद साचा आंदिन सहज प्यार सदा आनंद गावे गुण साचे अर्द उर्द उर तार अंतर प्रीतम वस्या तुर कर्म लिखिया करतार नानक आप मलाइन आपे कृपा तार गुरमुख प्रभ सेवे सद साचा अंदन सहज प्यार वाहिगुरु जी का खालसा वाहिगुरु जी की फतेह। साहिब सतगुरु श्री गुरु ग्रंथ साहिब जिया दी पवित्र पावन हजूरी दा आनंद मान रही गुरु की संगत आप संगतां ने सतगुरां दी पवित्र बाणी दे नितनेम पंज बाणियां दे पाठ सरवण कीते ने उपरंत गुरु घर दे वरोसाए होए रागी जथे पासों आप संगतां ने रस भिन्ने गुरबाणी दे कीर्तन शब्द सरवण करके लाहा प्राप्त कीता। इस वेले लड़ीवार गुरबाणी दी कथा जो आपां सरवण करदे आ रहे हाँ आओ कुछ समय वास्ते अपने ध्यान नूं टकाईए। जिहड़ा साडा ध्यान संसार वल दौड़दा है जिहड़ा मन संसार वल भज्जा फिरदा है संसार दे संकल्प ते विकल्पां विच लगा होया उस मन नूं संसार वल्लों रोक के निरंकार दे नाल जोड़िए गुरु दी बाणी दे नाल जोड़िए उपदेश सरवण करके जीवन दी कमाई करके सफले होइए। सतगुरु पातशाह कृपा करन मिलके आखिए जी सतनाम श्री वाहिगुरु साहिब जी सतनाम श्री वाहिगुरु साहिब जी ओ श्लोक महला तीजा। पातशाह गुरु अमरदास महाराज जी ये उपदेश बख्शिश आपां नूं कर रहे ने सो महला नाम गुरमुखो स्वरूप दा है। पहला भी आपां ये कई बार बचन सुनिया है महला स्वरूप नूं आखिया जांदा ते महले दे नाल जिहड़ा अगे महाराज अंक लिखदे ने एक दो तीन चार पंज
ਉਹਦਾ ਭਾਵ ਹੁੰਦਾ ਹੈ ਉਸ ਨੰਬਰ ਦਾ ਸਰੂਪ, ਜਿਵੇਂ ਤੀਸਰਾ ਅੰਕ ਲਿਖਿਆ ਅਤੇ ਭਾਵ ਤੀਜਾ ਸਰੂਪ ਗੁਰੂ ਨਾਨਕ ਸਾਹਿਬ ਜੀਆਂ ਦਾ ਗੁਰੂ ਅਮਰਦਾਸ ਪਾਤਸ਼ਾਹ ਨੇ, ਜੇ ਪੰਜਵਾਂ ਅੰਕ ਲਿਖਿਆ ਹੁੰਦਾ ਤਾਂ ਗੁਰੂ ਨਾਨਕ ਸਾਹਿਬ ਦਾ ਪੰਜਵਾਂ ਰੂਪ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ। ਮਹੱਲਾ ਨਾਮ ਸਰੂਪ ਦਾ ਵੀ ਕਿਹੜੇ ਸਰੂਪ ਵਿੱਚੋਂ ਬਾਣੀ ਆਈ ਹੈ, ਪਹਿਲੇ ਸਰੂਪ ਵਿੱਚੋਂ ਏਕਾ, ਦੂਜੇ ਸਰੂਪ ਵਿੱਚੋਂ ਆਈ ਹੈ ਫਿਰ ਦੂਆ, ਜੇ ਤੀਜੇ ਸਰੂਪ ਵਿੱਚੋਂ ਆਈ ਹੈ ਫਿਰ ਤੀਆ, ਮਹਾਰਾਜ ਅੱਖਰ ਲਿਖਦੇ ਨੇ। ਇੱਥੇ ਪਾਤਸ਼ਾਹ ਨੇ ਲਿਖਿਆ ਸਲੋਕ ਮਹੱਲਾ ਤੀਜਾ, ਅਤੇ ਤੀਜਾ ਸਰੂਪ ਗੁਰੂ ਨਾਨਕ ਸਾਹਿਬ ਜੀਆਂ ਦਾ ਗੁਰੂ ਅਮਰਦਾਸ ਮਹਾਰਾਜ ਨੇ, ਉਹ ਇਹ ਸਲੋਕ ਉਚਾਰਨ ਕਰਦੇ ਨੇ। ਸਲੋਕ ਤੋਂ ਭਾਵ ਹੁੰਦਾ ਹੈ ਸਵੈ ਲੋਕ ਦੀ ਪ੍ਰਾਪਤੀ ਵਾਲਾ, ਜਿਹੜਾ ਇਸ ਸਲੋਕ ਦੀ ਕਮਾਈ ਕਰੇਗਾ, ਇਸ ਸਲੋਕ ਨੂੰ ਅਪਣਾਏਗਾ, ਇਹਦੇ ਮੁਤਾਬਕ ਚੱਲੇਗਾ, ਇਹ ਗੁਰਬਾਣੀ ਉਸ ਨੂੰ ਉਸ ਲੋਕ ਵਿੱਚ ਲੈ ਜਾਵੇਗੀ ਜਿਸ ਲੋਕ ਦੇ ਵਿੱਚੋਂ ਇਹ ਬਾਣੀ ਆਈ ਹੈ। ਅਤੇ ਬਾਣੀ ਕਿੱਥੋਂ ਆਈ ਹੈ? ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਨਿਰੰਕਾਰ ਦੇ ਦੇਸ਼ ਵਿੱਚੋਂ ਇਹ ਬਾਣੀ ਆਈ ਹੈ, ਨਿਰੰਕਾਰ ਦਾ ਸਰੂਪ ਇਹ ਬਾਣੀ ਹੈ। ਜਿਹੜੇ ਇਸ ਬਾਣੀ ਨੂੰ ਪੜ੍ਹਨਗੇ, ਜਿਹੜੇ ਇਸ ਬਾਣੀ ਨੂੰ ਸਰਵਣ ਕਰਨਗੇ, ਉਹ ਨਿਰੰਕਾਰ ਦੇ ਦੇਸ਼ ਦੇ ਵਾਸੀ ਬਣ ਜਾਣਗੇ। ਸੋ ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਇਹ ਸਲੋਕ ਉਚਾਰਨ ਕਰ ਰਹੇ ਨੇ। ਸਤਿਗੁਰੂ ਫਰਮਾਉਂਦੇ ਹਨ, ਗੁਰਮੁਖ ਪ੍ਰਭ ਸੇਵੇ ਸਤ ਸਾਚਾ ਅਣਦਿਨ ਸਹਿਜ ਪਿਆਰ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਕਿ ਸਲੋਕ ਮਹੱਲਾ ਤੀਜਾ, ਸੋ ਤੀਸਰੇ ਪਾਤਸ਼ਾਹ ਦਾ ਸਲੋਕ ਹੈ, ਕਰਮ ਧਰਮ ਸਭ ਬੰਧਨਾ ਪਾਪ ਪੁੰਨ ਸੰਬੰਧ, ਇਹ ਹੈ ਪੰਕਤੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪਾਪ ਅਤੇ ਪੁੰਨ ਦੇ ਸੰਬੰਧ ਕਰਕੇ, ਪਾਪ ਪੁੰਨ ਦੀ ਰਿਸ਼ਤੇਦਾਰੀ ਕਰਕੇ, ਇਹ ਜੀਵ ਕਰਮ ਧਰਮ ਦੇ ਜਿੰਨੇ ਕੰਮ ਕਰਦਾ ਪਿਆ ਨਾ, ਸਾਰੇ ਬੰਧਨ ਰੂਪ ਨੇ। ਕਰਮ ਕਰਦਾ ਜ਼ਰੂਰ ਹੈ, ਪਰ ਕਰਮ ਕਰਦਾ ਅਗਲਾ ਕਰਮ ਲੈਣ ਵਾਸਤੇ। ਮੰਨ ਲਓ ਕਿ ਮੈਂ ਤੜਕੇ ਉੱਠ ਕੇ 10 ਦਿਨ 20 ਦਿਨ 40 ਦਿਨ ਗੁਰੂ ਘਰ ਆਵਾਂਗਾ। ਹੁਣ ਤੜਕੇ ਉੱਠਿਆ ਕਰਮ ਤਾਂ ਚੰਗਾ, ਪਰ ਉੱਠਿਆ ਕਾਹਦੇ ਵਾਸਤੇ ਹੈ? ਕਿ ਮੈਨੂੰ ਦੁਨੀਆ ਦਾ ਇਹ ਪਦਾਰਥ ਮਿਲੇ। ਕਰਮ ਤਾਂ ਕੀਤਾ ਚੰਗਾ, ਨਾਮ ਤਾਂ ਜਪ ਲਿਆ ਵੀ 40 ਦਿਨ ਉੱਠ ਕੇ ਮੈਂ ਮੱਸਿਆ ਨਹਾਵਾਂਗਾ, ਇਸ਼ਨਾਨ ਕਰਾਂਗਾ, 40 ਦਿਨ ਉੱਠ ਕੇ ਮੈਂ ਇਹ ਕਰਮ ਕਰਾਂਗਾ। ਅਸੀਂ ਕਰਦੇ ਹਾਂ ਦੁਨੀਆ ਦੇ ਲੋਕ, ਹੁਣ ਕਰਮ ਤਾਂ ਕਰਦਾ ਪਿਆ, ਔਰ ਕਰਮ ਕਰਦਾ ਵੀ ਧਰਮ ਵਾਲਾ ਪਿਆ, ਜਿਵੇਂ ਧਰਮ ਨੇ ਆਖਿਆ, ਜਿਵੇਂ ਗੁਰੂ ਨੇ ਆਖਿਆ ਵੀ ਭਾਈ ਅੰਮ੍ਰਿਤ ਵੇਲੇ ਉੱਠਣਾ ਬੜਾ ਵੱਡਾ ਫਲ ਹੈ, ਉੱਠ ਪਿਆ। ਨਾਮ ਜਪਣਾ ਬੜਾ ਵੱਡਾ ਫਲ ਹੈ, ਜਪ ਲਿਆ। ਸੇਵਾ ਕਰਨੀ ਬੜਾ ਵੱਡਾ ਫਲ ਹੈ, ਸੇਵਾ ਕਰ ਲਈ। ਪਰ ਪਾਤਸ਼ਾਹ ਕਹਿਣ ਲੱਗੇ ਸੇਵਾ ਕੀਤੀ ਹੈ ਕਰਮ ਲੈਣ ਵਾਸਤੇ, ਕਿ ਮੈਨੂੰ ਆਹ ਨਹੀਂ ਮਿਲਿਆ, ਇਹ ਮੈਨੂੰ ਮਿਲ ਜਾਵੇ। ਨੌਕਰੀ ਨਹੀਂ ਮਿਲੀ ਹੈ, ਮੈਂ ਸੇਵਾ ਕਰਾਂਗਾ ਨੌਕਰੀ ਮਿਲੇ। ਮੇਰੀ ਵਿਦੇਸ਼ ਦੀ ਯਾਤਰਾ ਨਹੀਂ ਮੇਰੇ ਕੋਲੋਂ ਹੋ ਰਹੀ, ਮੈਂ ਵਿਦੇਸ਼ ਜਾਣਾ ਚਾਹੁੰਦਾ ਹਾਂ, ਮੈਨੂੰ ਉਹ ਚੀਜ਼ ਮਿਲੇ, ਮੈਂ ਸੇਵਾ ਕਰਾਂਗਾ। ਕਰਮ ਤਾਂ ਕਰਦਾ ਹੈ, ਧਾਰਮਿਕ ਕਰਮ ਵੀ ਕਰਦਾ, ਸੇਵਾ ਵੀ ਕਰਦਾ, ਪਰ ਉਹ ਜਿਹੜੇ ਕਰਮ ਨੇ ਉਹ ਇਸ ਨੂੰ ਦੁਨੀਆ ਵਿੱਚ ਹੀ ਬੰਨ੍ਹ ਲੈਂਦੇ, ਫਿਰ ਬਾਹਰ ਨਹੀਂ ਨਿਕਲਣ ਦਿੰਦੇ। ਅਗਲੇ ਕਰਮਾਂ ਨੇ ਅੱਗੇ ਹੋਰ ਬੰਨ੍ਹ ਲਿਆ, ਉਸ ਤੋਂ ਅਗਲੇ ਕਰਮਾਂ ਨੇ ਅੱਗੇ ਹੋਰ ਬੰਨ੍ਹ ਲਿਆ। ਕਰਮ ਧਰਮ ਸਭ ਬੰਧਨਾ ਪਾਪ ਪੁੰਨ ਸੰਬੰਧ, ਪਾਪ ਦੇ ਪੁੰਨ ਦੇ ਸੰਬੰਧ ਕਰਕੇ, ਮਿਲਾਪ ਕਰਕੇ, ਪਾਪ ਪੁੰਨ ਦੀ ਰਿਸ਼ਤੇਦਾਰੀ ਕਰਕੇ, ਜਿੰਨੇ ਇਸਨੇ ਧਰਮ ਦੇ ਕੰਮ ਕੀਤੇ ਸਨ ਉਹ ਵੀ ਸਾਰੇ ਬੰਧਨ ਰੂਪ ਹੀ ਹੋ ਗਏ, ਕਿਸੇ ਨੇ ਛੱਡਣ ਦਾ ਯਤਨ ਨਹੀਂ ਕੀਤਾ। ਪਸ਼ੂ ਭਾਵੇਂ ਕਿੰਨਾ ਵੀ ਬਲ ਵਾਲਾ ਹੈ, ਪਰ ਬਲ ਵਾਲੇ ਪਸ਼ੂ ਨੂੰ ਵੀ ਰੱਸੇ ਨਾਲ ਬੰਨਿਆ ਜਾ ਸਕਦਾ, ਅਤੇ ਜਿਹੜਾ ਕੋਈ ਪਸ਼ੂ ਬਹੁਤਾ ਤੰਗ ਕਰੇ ਉਹਦੇ ਨੱਕ ਦੇ ਵਿੱਚ ਨੱਥ ਪਾਈ ਜਾਂਦੀ ਹੈ। ਇੱਥੋਂ ਤੱਕ ਕਿ ਹਾਥੀ ਵਰਗੇ ਜਾਨਵਰ ਨੂੰ ਵੀ ਲੋਕ ਸੰਗਲ ਪਾ ਕੇ ਬੰਨ੍ਹ ਲੈਂਦੇ, ਹੁਣ ਹਾਥੀ ਤੋਂ ਤਾਕਤਵਰ ਕੌਣ ਹੋਵੇਗਾ? ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਇਹ ਜਿਹੜੇ ਬੰਧਨ ਨੇ ਨਾ ਕਰਮਾਂ ਦੇ, ਐਡੇ ਤਗੜੇ ਨੇ ਵੀ ਜੀਵ ਦੇ ਵਿੱਚ ਭਾਵੇਂ ਕਿੰਨਾ ਵੀ ਬਲ ਕਿਉਂ ਨਾ ਹੋਵੇ ਵੀ ਮੈਂ ਬੜੀ ਧਾਰਮਿਕ ਬਿਰਤੀ ਵਾਲਾ ਹਾਂ, ਪਰ ਫਿਰ ਵੀ ਇਹ ਕਰਮ ਬੰਦੇ ਨੂੰ ਛੁੱਟਾ ਨਹੀਂ ਦਿੰਦੇ, ਬੰਨ ਰੱਖਦੇ ਆਪਣੇ ਨਾਲ। ਤੂੰ ਕੀ ਮੰਗਿਆ ਸੀ? ਮੈਂ ਇਹ ਮੰਗਿਆ ਸੀ, ਚੱਲ ਤੈਨੂੰ ਮਿਲੇਗਾ, ਪਰ ਇਹਦੇ ਵਿੱਚੋਂ ਤੈਨੂੰ ਮੈਂ ਬਾਹਰ ਨਹੀਂ ਨਿਕਲਣ ਦੇਵਾਂਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਰਮ ਧਰਮ ਸਭ ਬੰਧਨਾ, ਜਿੰਨੇ ਵੀ ਕਰਮ ਕੀਤੇ ਧਰਮ ਦੇ ਵਿੱਚ ਰਹਿ ਕੇ ਬੰਧਨ ਰੂਪ ਨੇ,
क्योंकि इन्हां दे विच पाप ते पुण दा संबंध बन गया। बंदा सोचदा आ कम करांगा मैनूं पुण मिलेगा। असीं गड्डी ते जांदे आ ना, मंगते ने आके शीशे ते हथ मारिया दान दे ते दिता दान, कादे वास्ते भी मैं पुण करदा पिया। किसी ने वस्त्र मंग लिया, किसी ने जुड़ा मंग लिया, किसी ने माया मंग ली, किसी ने रोटी मंग ली, करदा है पुन। पर वो जिहड़ा पुन है, पुन कर्म किया वो भी बंधन विच लै आउंदा है, क्योंकि वह पुन का तैनू फल खाना पवेगा। हथां नू हथ कड़ी लगी है, हथ कड़ी भावें सोने की होवे ते भावें लोहे की होवे, पर बंधना दोवां नहीं है, ना सोने वाली छुट्टन देवेगी ना लोहे वाली छुट्टन देवेगी। फर्क इन्ना कोई है, लोहे वाली सस्ती है, सोने वाली महंगी है, पर बनदियां दोवें ही ने। इस तरह जे पुन कर्म करदा वो सोने की बेड़ी है, महंगी है, फल देवेगी सुख दा, पर दुनिया विच बन के रखेगी भी इत्थे ही रह। जिहड़ा तू दान किया ना, पुन किया, इहदा हुण फल भी खा। वो फल खाण वास्ते अगे जन्म लैणा पवेगा। ये पातशाह कहन लगे ये दान दा फल तैनू मिलदा है। बादशाह अकबर दे कहन लगे, किसे इतिहासकार विद्वान ने लिखिया भी बादशाह अकबर पहले जन्म दे विच ना घाई सीगा, घा खोत्या करदा। एक दिन घा लै के तुरिया आउंदा है, पंड बद्धी हुई घा दी सिर ते चुकी हुई है, ते किसे लोड़वंद ने दान मंगिया, दान दे। ते राजे दे कोल दान, वाहिगुरु जी व्यक्ति दे कोल दान ते नहीं, पर घा दी पंड जो उहदे कोल सी दे दित्ता। कहन लगा लै घा भी लै जा, दातरी भी लै जा, रंबा भी लै जा, जिस चादर दे विच जां जिस पल्ली दे विच मैं घा बद्धा तूं इह भी लै जा। जो कुछ कोल सी सब कुछ दान कर दिता। एक तन दे कपड़े कोल रखे, तन दे कपड़िया तो बिना जा घा ते दाती कोल है, होर ते कुछ है नहीं। कहन लगे उस दान दा एडा वड्डा फल मिलिया भी अगला जन्म अकबर बादशाह दा प्राप्त, अकबर बन के बादशाह बन के हिंदुस्तान दे राज नू करदा पिया। हुण पुन ते कर लिया, दान भी कर लिया, पर पुन दान करके मुक्ति नहीं मिली। मिलिया कि जन्म मिल गया राजे दा, भी तैनू सुख मिल गया, फौजां तेरे हुक्म मनणगियां। पर जदों राजा बनिया, हुण राजा बन के कई पाप करने पैणगे, कईयां नूं मारना पवेगा, कईयां नूं मौत दी सज़ा देनी पवेगी, कईयां नूं बख्शना पवेगा। जदों फौजां लड़दियां ने किन्ने किन्ने हज़ारां सिपाही मर जांदे, दुश्मन दे मर जांदे, आपदे मर जांदे, उह वी पाप ते राजे दे सिर ते ही आउणा। हुण दान ते कीता सी, पुण ते कीता सी भी मैं मुक्त होवां, पर मुक्त नहीं होया, राजा बनिया। राजा बन के फिर पाप करेगा, पुन करेगा, फिर अगे जन्म में चल जाएगा। समझण दी गल ये है, बंदा पुन ते करदा है, पर पुन भी बंधन रूप है। पुन दा फल लैण वास्ते दुनिया ते आ गया, फिर अगे होर कर्म कीते, फिर दुनिया ते आ गया। जिवें रस्से विच जिन्नी कु ढिल है, जिन्ना कु रस्सा लम्मा है, उन्ना कु पशु चक्कर कढ़दा है, क्योंकि जिस तक रस्से दी खुल है उस तक तुरेगा, जिथे रस्से ने खिंच लिया उत्थों पिछे मुड़ आएगा। ये जिहड़ा पुन है ना, भी एक रस्सा ही है, ते पुन दा रस्सा इन्ना कु लम्मा भी तैनू संसार विचों बाहर नहीं जान दिंदा, वार वार मुड़ मुड़ के इत्थे ही लियावेगा। ते दूजा रस्सा की है, पाप दा। पाप दा ते आपां नूं पता ही है भी जे आपां पाप करांगे, किसे दा मन तोड़ांगे, किसे दा घर तोड़ांगे, किसे दा परिवार तोड़ांगे, किसे दा कम तोड़ांगे, किसे दा माड़ा सोचांगे, ते उहदा फल ते मिलना ही है। पाप दा ते आपां सारिआं नूं पता भी जे बंदा पाप करदा ते वह पाप का फल तो भोगना पैंदा है। हुण पाप जिहड़ा है गुरमुखो, वह भी बंधन रूप है। जे हुण किसी का माड़ा किया तो फिर वह फल देने वास्ते तैनू दुनिया से आना पवेगा। आपां सदने साखी, सदने कसाई की एक साखी सरवण करते हाँ कि सदना एक बारी बकरा वढ़न लगा। अज भी लोग मांस मच्छी बहुत खाते ना, खाने वाले बकरा वढ़न लगा, ते कहन लगे बकरे ने उस वेले आख्या भी पता नहीं तू मैनू किन्नी वारी वड्या, मैं तैनू किन्नी वारी वड्या। आपां एक दूजे तो बदला लैंदे आ, कई जन्म कर दिते। जिहड़ा पाप करना ना, जीव हत्या करनी, वह भी तैनू संसार विच लै के आवेगी, वह भी तैनू लेखा देना पवेगा, वह भी तैनू बन के रखेगी दुनिया विच, भी वार वार जन्म लै के तुरिया आ। ते जिहड़ा तू पुन करदा पिया, ये पुन भी तैनू फल देण वास्ते
जिवें उस राजे नूं मिलिया जिन्हें घा दान किया सी, दात्री दान की, राजा बन गया, ये भी तैनू जन्मां विच लैके आवेगा। फर्क इन्ना कु है, जे पाप किया तो उहदा फल दुख मिलेगा, पर आना दुनिया विच ही है, इत्थे रह के दुख भुगना पएगा। तो जे पुन किया फल उहदा भी मिलेगा, उहदा फल मिलेगा सुख रूप, पर आना फिर भी दुनिया विच ही पैना है। पुन दा फल सुख है, पाप दा फल दुख है, पर दोवें मिलने संसार विच ही ने, इत्थों बाहर नहीं जान देणगे, मुक्त नहीं होण देणगे भी जा तैनूं मुक्ति दित्ती। गुरु अमरदास पातशाह कहन लगे, कर्म धर्म सब बंधना, पाप पुन संबंध, पाप ते पुन दी रिश्तेदारी करके, पाप ते पुन दे नाल मिलाप होण करके, ये जिन्हें भी कर्म धर्म ने सारे बंधन रूप हो जाते, बंध लेंदे बंदे नूं, मुक्त नहीं होण दिंदे, फिर बख्शिश करदे हन। कर्म धर्म सब बंधना, पाप पुन संबंध। पातशाह कहन लगे, भाई ये जिहड़े कर्म ते धर्म ने, धर्म दे कीते होए कर्म, धर्म दे विच रह के कीता गया कम, ते धर्म ही ये गल कहिंदा ना, शास्त्र ही ये गल कहिंदा भी पुन करिया कर, दान करिया कर, सेवा करिया कर, धर्म दे विच रह के कीता गया कर्म, ते उहदा अगे संबंध बन गया पाप ते पुन दे नाल। हुण की पता तू चंगा कीता कि माड़ा कीता, चंगा कीता ते पुन है, माड़ा कीता ते पाप है। ते सन नाम है रस्सी दा, ते बंध नाम है बंधन वाली। कहन लगे, जिवें रस्सी बंदे नूं बंध लैंदी है, संगल बंदे नूं बंध लैंदा है, संगल पशु नूं बंध लैंदा, रस्सा पशु नूं बंध लैंदा, इसे तरह बंदिया तैनू इन्हां ने पापां ते पुन्नां ने रस्सी दे नाल बद्धा होया। पापां पुन्नां दे कीते हुए कर्मां ने तैनू रस्सी दे नाल बद्धा होया, संगल नाल बद्धा होया, तेनू संसार तो मुक्त नहीं होण दिंदा है। ममता मोह सो बंधना, पुत्र कलत्र सो तंद। पुछया, महाराज थोड़ा जिहा खुल के समझाओ भी बंधन पैंदे किवें ने। सानू ये पता लग गया भी पाप भी नहीं निकलन देवेगा ते पुन भी नहीं निकलन देवेगा, फसते असीं गए हां दुनिया विच, पर महाराज ये बंधन पैंदे किवें ने। सतगुरु पातशाह कहन लगे, बंधन पैंदे ने ममता, पदार्थां दी ममता करके, आ पदार्थ मेरा, आ पदार्थ मेरा, आ पदार्थ मेरा, पदार्थ विच मोह होण करके वह पदार्थ जिहड़ा बंधन रूप हो जाता। किवें बंधन रूप हो जाता है, जिवें चंगा घर बन गया, घर दे नाल इन्ना लगाव हो गया, घर छड्डन नूं जी नहीं करदा, हुण मरन लगा है तो मरन लगा भी घर नहीं छड्डना चाहुंदा, भी जे मर गया तो मैनू घरों बाहर कढ देणगे, पर मरना तो है, पर घर दी सोच विच ही है। की बनिया, प्रेत बन गया, अंतकाल जो मंदर सिमर है, प्रेत जोन वल वल उतर है, बाणी का वचन ये है ममता। पदार्थ विच इन्ना मन नू खबोलिया, इन्ना पदार्थ मन विच डुब गया भी उहनू छड्डन नू जी नहीं करदा। हुण भौरा है, भौरे नूं रब ने खंभ दित्ते उड्डन वास्ते, उड़दा उड़दा भौरा कमल फुल ते आके बैठ गया, उहनूं स्वाद इन्ना आया, आनंद इन्ना आया, सारा दिन रस लैंदा रहा, पर रस लै के भौरा रज्जिया नहीं, भौरे दा जी नहीं करदा भी मैं उड्डा। हुण शाम पै गई है, सूरज डुब गया, सूरज डुब्बेगा कमल दे फुल ने बंद हो जाणा, उहदियां पंखड़ियां बंद हो जाणियां, पंखड़ियां बंद होने दे नाल भौरा उड के बाहर नहीं निकल सकेगा, पर भौरे नूं स्वाद ही इन्ना आउंदा पिया रस दा भी उहनूं चेता ही भुल गया भी सूरज कदों छुपिया ते फुल कदों बंद हो गया, विचारा विच ही रह गया, ममता ही उहनूं इहो जिही पई विचों निकल नहीं सकिया। इन्ने चिर नूं माली आया, उहने कमल दा फुल तोड़िया ते कोहलू दे विच पा दित्ता तेल कढ़न वास्ते, हुण फुल दे विच भौरा बैठा किसे नूं की पता, फुल दा जिथे तेल कढ़िया अर्क कढ़िया नाल ही अर्क भौरे दा भी निकल गया, भौरा मरिया क्यों, कमल फुल दी ममता विच पै गया, मैं इहदी सुगंधी नूं नहीं छड्डना, अपना आप भावें जांदा ते जावे। ते उस भौरे वर्गी हालत साडी, असीं आखदे भी आह पदार्थ नहीं जाना चाहीदा, इहदे वास्ते भावें मैनूं झूठी सहु खाणी पवे, सच्ची खाणी पवे, कब्जा करना पवे, बदमाशी विखानी पवे, रोना पवे, जो मर्जी करना पवे, पदार्थ मेरा है, मैं नहीं छड़ांगा,
ਤੇ ਜਦੋਂ ਨਹੀਂ ਮੈਂ ਛੱਡਾਂਗਾ, ਇੰਨਾ ਮਸਤ ਹੋ ਗਿਆ ਵੀ ਚੇਤਾ ਹੀ ਭੁੱਲ ਗਿਆ ਵੀ ਉਮਰਾਂ ਕਦੋਂ ਲੰਘ ਗਈ, ਮੌਤ ਦਾ ਫਰਿਸ਼ਤਾ ਕਦੋਂ ਆ ਗਿਆ ਅਤੇ ਕਦੋਂ ਉਹਨੇ ਸਾਨੂੰ ਜਕੜ ਲਿਆ। ਮਹਾਰਾਜ ਕਹਿਣ ਲੱਗੇ, ਪਦਾਰਥਾਂ ਦੀ ਮਮਤਾ ਬੰਦਿਆ ਬੰਧਨ ਰੂਪ ਹੈ, ਤੈਨੂੰ ਮੁਕਤ ਨਹੀਂ ਹੋਣ ਦੇਵੇਗੀ। ਅਸੀਂ ਸੋਚਦੇ ਹਾਂ ਮੈਂ ਪਦਾਰਥ ਨੂੰ ਫੜਿਆ ਹੋਇਆ, ਮੈਂ ਘਰ ਨੂੰ ਫੜਿਆ ਹੋਇਆ, ਮੈਂ ਮਾਇਆ ਨੂੰ ਫੜਿਆ ਹੋਇਆ। ਨਹੀਂ, ਤੂੰ ਨਹੀਂ ਫੜਿਆ, ਅਸਲ ਵਿੱਚ ਪਦਾਰਥ ਤੈਨੂੰ ਫੜ ਕੇ ਬੈਠਾ, ਘਰ ਨੇ ਤੈਨੂੰ ਫੜਿਆ ਵੀ ਮੈਂ ਤੈਨੂੰ ਨਹੀਂ ਜਾਣ ਦਿਆਂਗਾ। ਮਾਇਆ ਨੂੰ ਤੂੰ ਨਹੀਂ ਫੜ ਕੇ ਬੈਠਾ, ਮਾਇਆ ਨੂੰ ਜੇਬ ਵਿੱਚ ਤੂੰ ਨਹੀਂ ਪਾਇਆ, ਮਾਇਆ ਤੈਨੂੰ ਜੇਬ ਵਿੱਚ ਪਾਈ ਬੈਠੀ ਹੈ ਵੀ ਮੈਂ ਤੈਨੂੰ ਮੁਕਤ ਨਹੀਂ ਹੋਣ ਦੇਵਾਂਗੀ, ਆਪਣੇ ਵਿੱਚ ਲਾ ਕੇ ਰੱਖਾਂਗੀ। ਘਰ ਦੇ ਵਿੱਚ ਮੱਝਾਂ ਗਾਵਾਂ ਘੋੜੀਆਂ ਰੱਖੀਆਂ ਨੇ, ਗੱਡੀਆਂ ਮੋਟਰਾਂ ਰੱਖੀਆਂ ਨੇ, ਤੂੰ ਨਹੀਂ ਰੱਖੀਆਂ, ਉਹਨਾਂ ਨੇ ਤੈਨੂੰ ਰੱਖਿਆ, ਤੂੰ ਉਹਨਾਂ ਨੂੰ ਫੜ ਕੇ ਨਹੀਂ ਬੈਠਾ, ਉਹ ਤੈਨੂੰ ਫੜ ਕੇ ਬੈਠੀਆਂ ਵੀ ਤੈਨੂੰ ਮੁਕਤ ਨਹੀਂ ਹੋਣ ਦੇਣਾ, ਆਪਣੇ ਵਿੱਚ ਲਾ ਕੇ ਰੱਖਾਂਗੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਮਮਤਾ ਜਿਹੜੀ ਹੈ ਨਾ ਪਦਾਰਥਾਂ ਦੀ, ਇਹ ਬੰਦੇ ਨੂੰ ਮੁਕਤ ਨਹੀਂ ਹੋਣ ਦਿੰਦੀ। ਅਤੇ ਦੂਜਾ ਬਚਨ ਮਹਾਰਾਜ ਨੇ ਆਖਿਆ, ਮੋਹ, ਮੋਹ ਕਾਹਦਾ? ਪੁੱਤਰ ਦਾ। ਅਤੇ ਪੁੱਤਰ ਤੋਂ ਅਗਲਾ ਬਚਨ ਮਹਾਰਾਜ ਨੇ ਵਰਤਿਆ, ਕਲੱਤਰ। ਕਲੱਤਰ ਨਾਮ ਹੈ ਘਰਵਾਲੀ ਦਾ, ਇਸਤਰੀ ਦਾ। ਪਹਿਲਾਂ ਇਸਤਰੀ ਦਾ ਮੋਹ ਕੀਤਾ, ਘਰਵਾਲੀ ਦੇ ਮੋਹ ਬਦਲੇ ਦੁਨੀਆ ਨਾਲ ਲੜਦਾ, ਪਰਿਵਾਰ ਨਾਲ ਲੜਦਾ, ਮਾਂ ਬਾਪ ਦੇ ਨਾਲ ਲੜਦਾ। ਅਤੇ ਘਰਵਾਲੀ ਆਪਣੇ ਪਤੀ ਦੇ ਮੋਹ ਕਰਕੇ ਪੇਕਿਆਂ ਨਾਲ ਲੜਦੀ ਹੈ, ਕਦੇ ਸਹੁਰਿਆਂ ਨਾਲ ਲੜਦੀ ਹੈ, ਦੋਨੇ ਜਾਣੇ ਇੱਕ ਦੂਜੇ ਦੇ ਮੋਹ ਵਿੱਚ ਇੰਨਾ ਫਸ ਗਿਆ, ਦੁਨੀਆ ਨਾਲ ਲੜਦੇ ਪਏ। ਇਕੱਲਾ ਬੰਦਾ ਨਹੀਂ ਇਸਤਰੀ ਦੇ ਮੋਹ ਵਿੱਚ ਪਿਆ, ਇਸਤਰੀ ਵੀ ਬੰਦੇ ਦੇ ਮੋਹ ਵਿੱਚ ਪਈ ਹੋਈ ਹੈ, ਦੋਨੇ ਜਾਣੇ ਇੱਕ ਦੂਜੇ ਦੇ ਮੋਹ ਵਿੱਚ ਨੇ, ਦੁਨੀਆ ਨਾਲ ਝਗੜਾ ਕਰਦੇ, ਦੁਨੀਆ ਦੇ ਨਾਲ ਹੇਰਾ ਫੇਰੀ ਠੱਗੀ ਜੋ ਵੀ ਹੈ ਹੁੰਦੀ ਹੈ, ਪਰ ਆਪਣੇ ਘਰ ਬਾਰੇ ਸੋਚਦੇ, ਇਹ ਮੋਹ ਹੈ। ਦੋਨਾਂ ਜਾਣਿਆਂ ਦਾ ਆਪਸ ਵਿੱਚ ਪੈ ਗਿਆ, ਦੁਨੀਆ ਨਾਲੋਂ ਟੁੱਟ ਜਾਣ, ਲੜ ਪੈਣ, ਕੋਈ ਗੱਲ ਨਹੀਂ, ਪਰ ਆਪਦਾ ਮੋਹ ਬਣਿਆ ਰਹਿਣਾ ਚਾਹੀਦਾ। ਘਰਵਾਲੀ ਨਾਲ ਮੋਹ ਕੀਤਾ ਅਤੇ ਅੱਗੇ ਸੰਤਾਨ ਪੈਦਾ ਹੋਈ, ਪੁੱਤਰ ਪੈਦਾ ਹੋ ਗਿਆ, ਧੀਆਂ ਪੈਦਾ ਹੋ ਗਈਆਂ, ਫਿਰ ਪੁੱਤਰਾਂ ਦੇ ਨਾਲ ਮੋਹ ਪੈ ਗਿਆ, ਮੇਰੇ ਪੁੱਤਰ ਨੂੰ ਕੌਣ ਹੈ ਕੋਈ ਕਹਿ ਸਕਦਾ, ਮੇਰੀ ਧੀ ਨੂੰ ਕੌਣ ਹੈ ਕੋਈ ਕਹਿ ਸਕਦਾ, ਫਿਰ ਪੁੱਤਰਾਂ ਦੇ ਨਾਲ, ਧੀਆਂ ਦੇ ਨਾਲ, ਫਿਰ ਉਹਨਾਂ ਪੁੱਤਰਾਂ ਧੀਆਂ ਦੇ ਅੱਗੇ ਬੱਚਿਆਂ ਦੇ ਨਾਲ, ਪੋਤਰਿਆਂ ਦੇ ਨਾਲ, ਦੋਤਰਿਆਂ ਦੇ ਨਾਲ, ਇਹੋ ਜਿਹਾ ਮੋਹ ਪਿਆ, ਛੱਡ ਨਹੀਂ ਸਕਦਾ ਹੈ, ਦੁਨੀਆ ਨੂੰ ਦੱਸਦਾ ਅੱਜ ਮੇਰੇ ਦੋਤਰੇ ਦਾ, ਪੋਤਰੇ ਦਾ, ਪੋਤਰੀ ਦਾ ਵਿਆਹ, ਮੈਨੂੰ ਆਹ ਸ਼ਗਨ ਲੈ ਕੇ ਜਾਣੇ ਪੈਣਗੇ, ਮੈਨੂੰ ਆਹ ਉੱਥੇ ਕਰਨਾ ਪਵੇਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਇਹ ਜਿਹੜੇ ਕਰਮ ਵਿੱਚ ਧਰਮ ਵਿੱਚ ਕੀਤੇ ਕਰਮ ਸਨ, ਇਹੋ ਜਿਹਾ ਬੰਧਨ ਬਣ ਗਏ, ਬੰਧਨਾਂ ਤੋਂ ਅੱਗੇ ਫਿਰ ਮਮਤਾ ਪੈ ਗਈ, ਮਮਤਾ ਨੇ ਆਖਿਆ ਤੈਨੂੰ ਛੱਡਣਾ ਕੋਈ ਨਹੀਂ, ਪਦਾਰਥਾਂ ਨੇ ਮੋਹ ਪਾ ਲਿਆ, ਪਦਾਰਥਾਂ ਤੋਂ ਅੱਗੋਂ ਫਿਰ ਘਰਵਾਲੀ ਦਾ ਮੋਹ ਪੈ ਗਿਆ, ਕਿਸੇ ਨੂੰ ਪਤੀ ਦਾ ਪੈ ਗਿਆ, ਕਿਸੇ ਨੂੰ ਪਤਨੀ ਦਾ ਮੋਹ ਪੈ ਗਿਆ, ਪਤੀ ਪਤਨੀ ਤੋਂ ਅੱਗੇ ਬਣਿਆ ਪਰਿਵਾਰ, ਪੁੱਤਰ ਧੀਆਂ ਬਣ ਗਿਆ, ਫਿਰ ਉਹਨਾਂ ਦਾ ਮੋਹ ਪੈ ਗਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਮਮਤਾ ਮੋਹ ਸੋ ਬੰਧਨਾ, ਪੁੱਤਰ ਕਲੱਤਰ ਸੋ ਧੰਦ। ਇੱਥੇ ਹੀ ਬਸ ਨਹੀਂ ਹੋਈ ਵੀ ਬਸ ਹੋ ਗਈ, ਨਹੀਂ, ਧੰਦ ਨਾਮ ਗੁਰਮੁਖੋ ਧੰਦੇ ਦਾ, ਫਿਰ ਕੰਮ ਦਾ ਫਿਕਰ ਪੈ ਗਿਆ, ਹੁਣ ਜੇ ਸ਼ਾਦੀ ਕਰਵਾਵੇਗਾ, ਵਿਆਹ ਕਰਾਵੇਗਾ ਅਤੇ ਰੁਜ਼ਗਾਰ ਤਾਂ ਚਾਹੀਦਾ ਨਾ, ਪਰਿਵਾਰ ਨੂੰ ਪਾਲਣ ਵਾਸਤੇ ਖਰਚਾ ਤਾਂ ਚਾਹੀਦਾ, ਅਤੇ ਉਹਦੇ ਵਾਸਤੇ ਫਿਰ ਧੰਦੇ ਇਹੋ ਜਿਹੇ ਸ਼ੁਰੂ ਕੀਤੇ, ਬਿਜ਼ਨਸ ਇਹੋ ਜਿਹੇ ਸ਼ੁਰੂ ਕੀਤੇ, ਨੌਕਰੀਆਂ ਇਹੋ ਜਿਹੀਆਂ ਸ਼ੁਰੂ ਕੀਤੀਆਂ। ਨੌਕਰੀ ਕਰਦਿਆਂ ਕਰਦਿਆਂ ਸਵੇਰੇ ਜਾਂਦਾ ਸ਼ਾਮ ਨੂੰ ਆਉਂਦਾ, ਸਾਰਾ ਦਿਨ ਨੌਕਰੀ ਵਿੱਚ ਨਿਕਲ ਗਿਆ, ਬਿਜ਼ਨਸ ਵਿੱਚ ਨਿਕਲ ਗਿਆ, ਪਰਿਵਾਰ ਨੂੰ ਟਾਈਮ ਨਹੀਂ ਦੇ ਪਾਇਆ, ਉਹ ਜਿਹੜਾ ਧੰਦਾ ਸ਼ੁਰੂ ਕੀਤਾ ਸੀ ਨਾ ਕੰਮ, ਕਹਿੰਦੇ ਧੰਦਾ ਵੀ ਬੰਧਨ ਰੂਪ ਹੀ ਹੋ ਗਿਆ, ਨਾ ਧੰਦੇ ਨੇ ਮੁਕਤ ਹੋਣ ਦਿੱਤਾ, ਨਾ ਪਰਿਵਾਰ ਨੇ ਮੁਕਤ ਹੋਣ ਦਿੱਤਾ, ਨਾ ਪਦਾਰਥਾਂ ਨੇ ਮੁਕਤ ਹੋਣ ਦਿੱਤਾ। ਰੱਸਾ ਤਾਂ ਇੱਕ ਹੀ ਮਾੜਾ, ਰੱਸਾ ਤਾਂ ਇੱਕ ਹੀ ਬੰਨ੍ਹ ਲੈਂਦਾ, ਬੰਦੇ ਨੂੰ ਮੁਕਤ ਨਹੀਂ ਹੋਣ ਦਿੰਦਾ, ਅਤੇ ਜਿਹਨੂੰ ਕਈ ਰੱਸੇ ਪੈ ਜਾਣ ਤਾਂ ਉਹ ਕਿਵੇਂ ਛੁੱਟੇਗਾ। ਹੁਣ ਆਪਾਂ ਪਸ਼ੂ ਨੂੰ ਇੱਕ ਸੰਗਲ ਨਾਲ ਹੀ ਬੰਨ੍ਹਦੇ ਹਾਂ ਨਾ ਘਰ ਦੇ ਵਿੱਚ, ਅਤੇ ਪਸ਼ੂ ਸੰਗਲ ਤੋਂ ਛੁੱਟ ਨਹੀਂ ਸਕਦਾ, ਪਰ ਜੇ ਉਸ ਪਸ਼ੂ ਦੇ ਗਲ ਵਿੱਚ 3-4 ਸੰਗਲ ਪੈ ਜਾਣ ਤਾਂ ਫਿਰ ਤਾਂ ਬਿਲਕੁਲ ਹੀ ਨਹੀਂ ਛੁੱਟ ਸਕਦਾ ਬੰਦਿਆ। ਇਸੇ ਤਰ੍ਹਾਂ ਤੈਨੂੰ ਇੱਕ ਸੰਗਲ ਨਹੀਂ ਪਿਆ, ਤੈਨੂੰ ਸੰਗਲ ਪੈ ਗਿਆ, ਪਹਿਲਾਂ ਤਾਂ ਪੈ ਗਿਆ ਕਰਮ ਦਾ ਸੰਗਲ, ਫਿਰ ਪੈ ਗਿਆ ਪਾਪ ਅਤੇ ਪੁੰਨ ਦਾ ਸੰਗਲ, ਫਿਰ ਪੈ ਗਿਆ ਤੈਨੂੰ ਪਦਾਰਥਾਂ ਦੀ ਮਮਤਾ ਦਾ ਸੰਗਲ, ਫਿਰ ਪੈ ਗਿਆ ਤੈਨੂੰ ਪੁੱਤਰ ਧੀਆਂ ਦੇ ਮੋਹ ਦਾ ਸੰਗਲ, ਅਤੇ ਉਸ ਤੋਂ ਮਗਰੋਂ ਪੈ ਗਿਆ ਧੰਦੇ ਦਾ, ਕੰਮ ਦਾ, ਰੁਜ਼ਗਾਰ ਦਾ ਸੰਗਲ ਪੈ ਗਿਆ। ਇਹਨਾਂ ਸੰਗਲਾਂ ਨੇ ਤੈਨੂੰ ਬੰਨ੍ਹ ਛੱਡਿਆ, ਤੈਨੂੰ ਮੁਕਤ ਨਹੀਂ ਹੋਣ ਦਿੰਦੇ ਹਨ। ਜੈ ਦੇਖਾ ਤਹ ਜੇਵਰੇ ਮਾਇਆ ਕਾ ਸੰਬੰਧ। ਪਾਤਸ਼ਾਹ ਕਹਿਣ ਲੱਗੇ, ਮਾਇਆ ਦੇ ਸੰਬੰਧ ਕਰਕੇ ਜਿੱਧਰ ਵੀ ਵੇਖਦਾ ਮੈਨੂੰ ਉੱਧਰ ਹੀ ਰੱਸੀ ਦਿਸਦੀ ਹੈ ਬੰਨ੍ਹਣ ਵਾਲੀ, ਕਿੱਧਰ ਵੇਖਾਂ
ਪੁੱਤਰ ਵੱਲੇ ਵੇਖਾਂਗਾ ਤਾਂ ਉਹ ਵੀ ਬੰਨ੍ਹਣ ਵਾਲਾ ਹੀ ਹੈ, ਪੁੱਤਰ ਦੇ ਮੋਹ ਨੇ ਬੰਨ੍ਹ ਲੈਣਾ। ਇਸਤਰੀ ਵੱਲ ਵੇਖਾਂਗਾ ਜਾਂ ਇਸਤਰੀ ਆਪਣੇ ਪਤੀ ਵੱਲ ਵੇਖੇਗੀ, ਉਹ ਵੀ ਬੰਧਣ ਹੀ ਹੈ, ਉਹ ਵੀ ਰੱਸਾ ਹੀ ਹੈ ਬੰਨ੍ਹਣ ਵਾਲਾ। ਘਰ ਵੱਲ ਵੇਖਦਾ ਤਾਂ ਘਰ ਵੀ ਤਾਂ ਪਦਾਰਥ ਹੀ ਹੈ ਨਾ, ਮੈਨੂੰ ਬੰਨ੍ਹਣ ਵਾਲਾ ਹੀ ਹੈ। ਅਤੇ ਜੇ ਬਿਜ਼ਨਸ ਵੱਲ ਵੇਖਦਾ, ਧੰਦੇ ਵੱਲ ਵੇਖਦਾ ਤਾਂ ਉਹ ਵੀ ਬੰਨ੍ਹਣ ਵਾਲਾ ਹੀ ਹੈ। ਜਹ ਦੇਖਾਂ, ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਮੈਂ ਜਿੱਧਰ ਵੇਖਦਾ ਹਾਂ ਤਹਿ ਜੇਵਰੀ, ਜੇਵਰੀ ਨਾਮ ਹੈ ਰੱਸੀ ਦਾ, ਰੱਸੇ ਦਾ, ਸੰਗਲ ਦਾ। ਜਿੱਧਰ ਵੀ ਵੇਖਦੇ ਹਾਂ ਬੰਨ੍ਹਣ ਵਾਲਾ ਸੰਗਲ ਹੀ ਦਿਸਦਾ, ਛੁੱਟਣ ਵਾਲਾ ਕੁਝ ਨਹੀਂ ਦਿਸਦਾ। ਜੈ ਦੇਖਾਂ ਤਹਿ ਜੇਵਰੀ, ਜਿੱਧਰ ਵੀ ਦੇਖਦਾ ਹਾਂ ਬੰਨ੍ਹਣ ਵਾਲਾ ਸੰਗਲ ਦਿਸਦਾ। ਕਿਉਂਕਿ ਮਾਇਆ ਕਾ ਸੰਬੰਧ, ਹਰੇਕ ਚੀਜ਼ ਦੇ ਨਾਲ ਮਾਇਆ ਦਾ ਹੀ ਰਿਸ਼ਤਾ ਹੈ। ਭਾਵੇਂ ਪੁੱਤਰ ਹੈ, ਭਾਵੇਂ ਬਾਪ ਹੈ, ਪਤੀ ਪਤਨੀ ਹੈ, ਰਿਸ਼ਤੇਦਾਰੀ ਹੈ, ਸਾਕ ਸੰਬੰਧੀ ਨੇ, ਜੋ ਵੀ ਹੈ ਨਾ, ਰਿਸ਼ਤੇਦਾਰੀ ਮਾਇਆ ਦੀ ਹੈ। ਕਿਸੇ ਨੂੰ ਦੇ ਦਿਓਗੇ ਤਾਂ ਰਿਸ਼ਤੇਦਾਰੀ ਬੜਾ ਚੰਗਾ, ਬੜਾ ਚੰਗਾ, ਜਦੋਂ ਮੰਗੋਗੇ ਤਾਂ ਬੜਾ ਮਾੜਾ, ਬੜਾ ਮਾੜਾ, ਉਸ ਵੇਲੇ ਰਿਸ਼ਤੇਦਾਰੀ ਟੁੱਟ ਜਾਂਦੀ। ਖਾਸ ਤੋਂ ਖਾਸ ਰਿਸ਼ਤੇਦਾਰੀ ਜਿਹੜੀ ਹੈ ਨਾ, ਉਹ ਮਾਇਆ ਦੇ ਲੈਣ ਦੇਣ ਕਰਕੇ ਟੁੱਟ ਜਾਂਦੀ ਹੈ। ਭਰਾ ਦਾ ਭਰਾ ਵੈਰੀ ਬਣ ਜਾਂਦਾ, ਭੈਣਾਂ ਲੜ ਪੈਂਦੀਆਂ ਨੇ, ਸਹੁਰੇ ਜਵਾਈ ਲੜ ਪੈਂਦੇ ਨੇ, ਹਰੇਕ ਵਿੱਚ ਨਾਨਕੇ ਦਾਦਕੇ ਲੜ ਪੈਂਦੇ, ਮਾਂ ਬਾਪ ਵੀ ਲੜ ਪੈਂਦੇ ਪੁੱਤਰ ਧੀਆਂ ਦੇ ਨਾਲ। ਮਾਇਆ ਦੀ ਰਿਸ਼ਤੇਦਾਰੀ ਦੇ ਨਾਲ ਇਹ ਸਭ ਕੁਝ ਹੁੰਦਾ ਹੈ। ਰਿਸ਼ਤੇਦਾਰੀ ਮਾਇਆ ਦੀ ਹੈ, ਜਿੱਥੇ ਮਾਇਆ ਨਹੀਂ ਉੱਥੇ ਰਿਸ਼ਤੇਦਾਰੀ ਨਹੀਂ। ਜਿਹਦੇ ਕੋਲ ਚਾਰ ਪੈਸੇ ਦਮੜੇ ਨੇ ਉਹਦੇ ਸਾਰੇ ਰਿਸ਼ਤੇਦਾਰ, ਜਿਹਦੇ ਕੋਲ ਨਹੀਂ ਹੈ ਉਹਦਾ ਆਪਣਾ ਵੀ ਕੋਈ ਨਹੀਂ ਹੈ। ਅਤੇ ਆਪਾਂ ਵੇਖਦੇ ਹਾਂ ਨਾ, ਕਈ ਵਾਰੀ ਸਰੀਰ ਮੁਰਦਾ ਹੋ ਜਾਂਦੇ ਅਤੇ ਉਹਨਾਂ ਦਾ ਸੰਸਕਾਰ ਕਰਨ ਵਾਸਤੇ ਕੋਈ ਨਹੀਂ ਆਉਂਦਾ। ਕੀ ਹੁੰਦਾ ਉੱਥੇ? ਆਪਣੇ ਆਪ ਜਾ ਕੇ ਡਾਕਟਰ ਵਿਚਾਰੇ ਕਰਦੇ ਪਏ, ਜਾਂ ਸਰਕਾਰ ਦੇ ਬੰਦੇ ਜਿਹੜੇ ਨੇ ਉਹ ਆਪ ਕਰਦੇ ਪਏ, ਲੈਣ ਨਹੀਂ ਕੋਈ ਨਹੀਂ ਆਇਆ, ਕੋਈ ਨਹੀਂ ਰੋਇਆ ਉਹਨਾਂ ਦੇ ਕੋਲ ਆ ਕੇ, ਕਿਉਂਕਿ ਪਤਾ ਵੀ ਇਹਦੇ ਕੋਲੋਂ ਕੀ ਮਿਲਣਾ। ਰਿਸ਼ਤੇਦਾਰੀ ਪਦਾਰਥ ਕਰਕੇ ਹੈ, ਮਾਇਆ ਕਰਕੇ ਹੈ, ਮਾਇਆ ਤੋਂ ਬਿਨਾਂ ਕੋਈ ਰਿਸ਼ਤੇਦਾਰੀ ਨਹੀਂ ਹੈ। ਨਾਨਕ ਸੱਚੇ ਨਾਮ ਬਿਨ ਵਰਤਨ ਵਰਤਾ ਅੰਧ। ਅਰਦਾਸ ਪਾਤਸ਼ਾਹ ਨੂੰ ਪੁੱਛਿਆ, ਮਹਾਰਾਜ ਬੜੇ ਡੂੰਘੇ ਬਚਨ ਕਰ ਦਿੱਤੇ, ਸਾਡਾ ਤਾਂ ਮਨ ਹੀ ਡਰ ਗਿਆ, ਕੀ ਕਰਾਂਗੇ? ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਨਾਨਕ ਸੱਚੇ ਨਾਮ ਬਿਨ, ਸੱਚੇ ਨਾਮ ਤੋਂ ਬਿਨਾਂ ਅੰਨੇ ਲੋਕ ਦੁਨੀਆਂ ਦੇ ਹਨੇਰੇ ਵਿੱਚ ਹੀ ਵਰਤਦੇ ਪਏ ਨੇ। ਹੁਣ ਹਨੇਰੇ ਵਿੱਚ ਕੀ ਪਤਾ ਲੱਗਦਾ ਕਿਹਨੂੰ ਕੀ ਦਿੱਤਾ, ਕਿਹਦੇ ਕੋਲੋਂ ਕੀ ਲਿਆ, ਕਿੱਥੇ ਬੈਠਾ ਸੀ, ਕਿੱਥੇ ਉੱਠਿਆ ਸੀ? ਸਵੇਰੇ ਪਤਾ ਲੱਗਦਾ ਜਦੋਂ ਦਿਨ ਚੜ੍ਹਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਬੰਦਿਆ ਤੂੰ ਸੰਸਾਰ ਦੇ ਹਨੇਰੇ ਵਿੱਚ ਇਹੋ ਜਿਹਾ ਖੋ ਗਿਆ, ਗੁਆਚ ਗਿਆ, ਕਿਉਂਕਿ ਤੇਰੇ ਕੋਲ ਰੱਬ ਦੇ ਨਾਮ ਦਾ ਚਾਨਣ ਕੋਈ ਨਹੀਂ ਸੀ ਹੈਗਾ। ਹੁਣ ਨਾਮ ਦਾ ਚਾਨਣ ਕਿੱਥੋਂ ਮਿਲੇਗਾ? ਜੇ ਨਾਮ ਦਾ ਪ੍ਰਕਾਸ਼ ਆਪਾਂ ਚਾਹੁੰਦੇ ਹਾਂ ਤਾਂ ਮਿਲੇਗਾ ਕਿੱਥੋਂ? ਜਿਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਇਹਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਉਹ ਜਿਹੜੀ ਰੋਸ਼ਨੀ ਹੈ ਨਾ ਚਾਹੀਦੀ, ਉਹ ਰੋਸ਼ਨੀ ਗੁਰੂ ਦੇ ਕੋਲੋਂ ਮਿਲਣੀ ਹੈ। ਅਤੇ ਗੁਰੂ ਦੇ ਕੋਲੋਂ ਰੋਸ਼ਨੀ ਲੈਣ ਵਾਸਤੇ ਪਹਿਲਾਂ ਗੁਰੂ ਵਾਲਾ ਬਣਨਾ ਪੈਣਾ। ਹੁਣ ਆਪਾਂ ਜੇ ਕਿਸੇ ਕੋਲੋਂ ਮਤਲਬ ਲੈਣ ਜਾਂਦੇ ਹਾਂ, ਸਾਡਾ ਰਿਸ਼ਤੇਦਾਰ ਭਾਵੇਂ 100 ਕਿਲੋਮੀਟਰ ਦੂਰ ਬੈਠਾ ਹੋਵੇ, ਸਾਨੂੰ ਮਤਲਬ ਉਹਨੇ ਦੇਣਾ। ਜੇ ਸ਼ਹਿਰ ਵਿੱਚ ਅਸੀਂ ਬੈਠੇ ਹਾਂ, ਸਾਨੂੰ ਉੱਥੇ ਜਾਣ ਦਾ ਕੋਈ ਮਤਲਬ ਕੌਣ ਦੇਵੇਗਾ? ਉਹਦਾ ਕਾਰਨ ਕੀ ਹੈ? ਵੀ ਰਿਸ਼ਤੇਦਾਰ ਨੂੰ ਅਸੀਂ ਆਪਣਾ ਬਣਾਇਆ ਅਤੇ ਉਹਦੇ ਅਸੀਂ ਆਪਣੇ ਬਣੇ ਹਾਂ, ਜਿਹਦੇ ਅਸੀਂ ਬਣੇ ਹਾਂ ਸਾਨੂੰ ਦੇਵੇਗਾ ਤਾਂ ਉਹ ਹੀ ਨਾ। ਜੇ ਪਾਤਸ਼ਾਹ ਕਹਿਣ ਲੱਗੇ ਹੁਣ ਗੁਰੂ ਦੇ ਕੋਲ ਆਏ ਹਾਂ, ਗੁਰੂ ਨੂੰ ਆਪਣਾ ਨਹੀਂ ਬਣਾਇਆ, ਗੁਰੂ ਦੇ ਅਸੀਂ ਬਣੇ ਨਹੀਂ ਤਾਂ ਮਿਲੇਗਾ ਕੀ? ਆਉਂਦੇ ਜ਼ਰੂਰ ਹਾਂ, ਨੱਕ ਜ਼ਰੂਰ ਰਗੜਦੇ ਹਾਂ, ਮੱਥਾ ਜ਼ਰੂਰ ਝੁਕਾਉਂਦੇ ਹਾਂ, ਕਾਹਦੇ ਵਾਸਤੇ? ਮਤਲਬ ਲੈਣ ਵਾਸਤੇ। ਕੁੱਤਾ ਵੀ ਆਉਂਦਾ ਨਾ ਅਤੇ ਉਹ ਵੀ ਮਾਲਕ ਦੇ ਪੈਰਾਂ ਨੂੰ ਚੁੰਮਦਾ, ਚੱਟਦਾ, ਪੂਛ ਹਿਲਾਉਂਦਾ, ਪੈਰਾਂ 'ਤੇ ਬੈਠਦਾ, ਕਾਹਦੇ ਵਾਸਤੇ ਵੀ ਰੋਟੀ ਮਿਲੇਗੀ? ਹੁਣ ਕੁੱਤੇ ਨੂੰ ਤਖ਼ਤ ਥੋੜ੍ਹੀ ਮਿਲ ਜਾਣਾ, ਰਾਜ ਥੋੜ੍ਹੀ ਮਿਲ ਜਾਣਾ ਕੁੱਤੇ ਨੂੰ, ਰੋਟੀ ਦਾ ਕੀ ਮਤਲਬ ਹੈ? ਸੁੰਘਦਾ ਜ਼ਰੂਰ ਹੈ, ਪੂਛ ਜ਼ਰੂਰ ਮਾਰਦਾ, ਇਹੋ ਹਾਲਤ ਬੰਦੇ ਦੀ ਹੈ। ਗੁਰੂ ਦੇ ਦਰਵਾਜ਼ੇ 'ਤੇ ਆਉਂਦਾ ਜ਼ਰੂਰ ਹੈ, ਝੁਕਦਾ ਜ਼ਰੂਰ ਹੈ, ਕਾਹਦੇ ਵਾਸਤੇ? ਪਦਾਰਥ ਵਾਸਤੇ, ਵਸਤੂਆਂ ਵਾਸਤੇ ਝੁਕਦੇ ਹਾਂ, ਨਾ ਮਿਲੇਗਾ ਤਾਂ ਛੱਡ ਕੇ ਹੋਰ ਪਾਸੇ ਤੁਰ ਪਾਂਗੇ। ਪਰ ਜੇ ਗੁਰੂ ਦੇ ਕੋਲੋਂ ਕੁਝ ਲੈਣਾ, ਤੂੰ ਚਾਹੁੰਦਾ ਵੀ ਮੈਨੂੰ ਗੁਰੂ ਕੋਲੋਂ ਲਾਈਟ ਮਿਲੇ, ਪ੍ਰਕਾਸ਼ ਮਿਲੇ, ਉਜਾਲਾ ਮਿਲੇ, ਤਾਂ ਫਿਰ ਗੁਰੂ ਵਾਲਾ ਤੈਨੂੰ ਬਣਨਾ ਪੈਣਾ ਨਾ। ਦੁਨੀਆਂ ਦੀ ਦਾਰੀ ਦਾ ਤੈਨੂੰ ਪਤਾ ਹੈ ਵੀ ਜਿਸ ਰਿਸ਼ਤੇਦਾਰ ਨਾਲ ਮੈਂ ਵਰਤਾਂਗਾ ਵਿਆਹ ਸ਼ਾਦੀ ਦੇ ਵਿੱਚ, ਕੱਲ੍ਹ ਨੂੰ ਮੇਰੇ ਨਾਲ ਉਹਨੇ ਵਰਤਣਾ, ਇਹ ਤਾਂ ਤੈਨੂੰ ਪਤਾ ਵੀ ਦੁਨੀਆਦਾਰੀ ਨਾਲ ਕਿਵੇਂ ਮਤਲਬ ਕੱਢਿਆ ਜਾ ਸਕਦਾ। ਜਾਂ ਕੁਝ ਲੋਕ ਕੀ ਕਰਦੇ ਨੇ,
ਜਦੋਂ ਕਿਸੇ ਤੋਂ ਮਤਲਬ ਲੈਣਾ ਉਹਦੇ ਨਾਲ ਬੜੇ ਮਿੱਠੇ ਹੋ ਜਾਣਾ, ਉਹਨੂੰ ਆਵਾਜ਼ ਮਾਰ ਕੇ ਚਾਹ ਪਿਉਣੀ ਵੀ ਆ ਜਾ ਚਾਹ ਪੀਏ, ਆ ਜਾ ਰੋਟੀ ਖਾਈਏ, ਆ ਜਾ ਘੁੰਮ ਫਿਰ ਕੇ ਆਈਏ, ਮਤਲਬ ਲੈਣਾ। ਅਤੇ ਜਦੋਂ ਪਤਾ ਲੱਗ ਗਿਆ ਨਾ ਵੀ ਹੁਣ ਉਹਦੀ ਵਾਰੀ ਆ ਗਈ ਮਤਲਬ ਲੈਣ ਦੀ, ਵੀ ਇਹਨੇ ਮੈਂ ਤੋਂ ਲਿਆ ਸੀ, ਹੁਣ ਇਹਦੇ ਘਰ ਵਿਆਹ ਸ਼ਾਦੀ ਕੁਝ ਵੀ ਹੈ, ਹੁਣ ਇਹ ਮੇਰੇ ਕੋਲੋਂ ਕੁਝ ਮੰਗੇਗਾ, ਅਤੇ ਫਿਰ ਬਿਨਾਂ ਗੱਲ ਤੋਂ ਉਹਦੇ ਨਾਲ ਲੜ ਪੈਣਾ, ਤੂੰ ਮੇਰੇ ਵੱਲ ਵੇਖਿਆ ਕਿਉਂ, ਤੂੰ ਇੱਥੋਂ ਲੰਘਿਆ ਕਿਉਂ। ਲੜ ਕੇ ਚਾਰ ਦਿਨ ਮੂੰਹ ਫੁਲਾ ਲੈਣਾ। ਕਾਰਨ ਇਹ ਆ ਵੀ ਹੁਣ ਇਹਨੂੰ ਲੋੜ ਪੈ ਗਈ ਹੈ ਮੇਰੇ ਕੋਲੋਂ ਲਵੇ ਕੁਝ ਨਾ, ਜਦੋਂ ਮੈਂ ਲੈਣਾ ਸੀ ਮਿੱਠਾ ਹੋ ਗਿਆ, ਜਦੋਂ ਦੇਣਾ ਮੈਂ ਕੌੜਾ ਹੋ ਗਿਆ। ਸਾਨੂੰ ਦੁਨੀਆਦਾਰੀ ਦਾ ਪਤਾ ਵੀ ਮਤਲਬ ਕੱਢਣਾ ਕਿਵੇਂ ਹੈ, ਪਰ ਗੁਰੂ ਦੇ ਕੋਲੋਂ ਮਤਲਬ ਲੈਣਾ ਉਹ ਸਾਨੂੰ ਕੋਈ ਨਹੀਂ ਪਤਾ ਵੀ ਲੈਣਾ ਕਿਵੇਂ। ਇੱਥੇ ਅਸੀਂ ਆਖਦੇ ਹਾਂ ਸਾਨੂੰ ਗੁਰੂ ਵਾਲੇ ਨਾ ਬੰਨਣਾ ਪਵੇ, ਗੁਰੂ ਦੀ ਗੱਲ ਵੀ ਨਾ ਮੰਨਣੀ ਪਵੇ, ਗੁਰੂ ਦੇ ਕਹਿਣੇ 'ਤੇ ਵੀ ਨਾ ਹੀ ਚੱਲਣਾ ਪਵੇ, ਪਰ ਗੁਰੂ ਸਾਨੂੰ ਸਾਰਾ ਕੁਝ ਦੇ ਦੇਵੇ ਕਿਵੇਂ ਹੋ ਸਕਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਨਾਨਕ ਸੱਚੇ ਨਾਮ ਬਿਨ, ਸੱਚੇ ਨਾਮ ਤੋਂ ਬਿਨਾਂ ਹਨੇਰਾ ਹੀ ਤੇਰੀ ਜ਼ਿੰਦਗੀ ਵਿੱਚ ਰਹਿਣਾ, ਪਰ ਜੇ ਜ਼ਿੰਦਗੀ ਵਿੱਚ ਉਜਾਲਾ ਕਰਨਾ ਚਾਹੁੰਦਾ ਤਾਂ ਸੱਚਾ ਨਾਮ ਜਪਣਾ ਪਵੇਗਾ, ਅਤੇ ਸੱਚਾ ਨਾਮ ਤੈਨੂੰ ਬੰਦਿਆ ਕੇਵਲ ਗੁਰੂ ਦੇ ਸਕਦਾ, ਗੁਰੂ ਤੋਂ ਬਿਨਾਂ ਨਾਮ ਕੋਈ ਨਹੀਂ ਉਹ ਮਿਲਣਾ। ਜਿੰਨਾ ਚਿਰ ਗੁਰੂ ਦੇ ਅੱਗੇ ਮੱਥਾ ਟੇਕ ਕੇ ਹੱਥ ਜੋੜ ਕੇ ਨਹੀਂ ਨਾ ਮੰਗਿਆ ਵੀ ਮੈਨੂੰ ਆਪਣਾ ਸਿੱਖ ਬਣਾ ਕੇ ਨਾਮ ਦੀ ਖੈਰ ਝੋਲੀ ਵਿੱਚ ਪਾ, ਉਹਨਾਂ ਚਿਰ ਮਿਲਣੀ ਨਹੀਂ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦਾ ਬਚਨ ਹੈ, ਮਨਮੁੱਖ ਹਰ ਹਰ ਕਰ ਥੱਕੇ, ਮੈਲ ਨਾ ਸਕੀ ਧੋਏ। ਇਹ ਗੁਰਬਾਣੀ ਦਾ ਬਚਨ ਹੈ। ਜਿਹਨੇ ਗੁਰੂ ਨੂੰ ਗੁਰੂ ਨਹੀਂ ਬਣਾਇਆ, ਪਾਠ ਕਰਦਾ ਮੈਂ ਸੁਖਮਨੀ ਸਾਹਿਬ ਕਰਦਾ, ਮੈਂ ਜਪਜੀ ਸਾਹਿਬ ਕਰਦਾ, ਮੈਂ ਵਾਹਿਗੁਰੂ ਮੰਤਰ ਜਪਦਾ, ਜਿੰਨਾ ਮਰਜ਼ੀ ਜਪੀ ਜਾ, ਉਨਾ ਚਿਰ ਫਲ ਦੀ ਇੱਛਾ, ਮੁਕਤੀ ਦੀ ਇੱਛਾ ਨਾ ਰੱਖੀ ਜਿੰਨਾ ਚਿਰ ਗੁਰੂ ਵਾਲਾ ਨਹੀਂ ਬਣਦਾ। ਨਾਮ ਜਪਣਾ ਚੰਗੀ ਗੱਲ ਹੈ, ਜਪੇਗਾ ਤੇਰੇ ਕਰਮਾਂ ਵਿੱਚ ਬਰਕਤ ਪਾਏਗਾ, ਪਰ ਜੇ ਮੁਕਤ ਹੋਣਾ ਨਾ ਤਾਂ ਮੁਕਤ ਹੋਣ ਵਾਸਤੇ ਗੁਰੂ ਵਾਲਾ ਬਣਨਾ ਪਵੇਗਾ। ਇਹ ਗੁਰੂ ਦਾ ਸਿਧਾਂਤ ਹੈ, ਗੁਰੂ ਆਪਣੇ ਸਿਧਾਂਤ ਤੋਂ ਪਿੱਛੇ ਨਹੀਂ ਹਟਦਾ। ਭਾਈ ਡੱਲਾ ਹੈ ਸਭ ਕੀ ਤਲਵੰਡੀ ਧਰਤੀ ਦੇ ਰਹਿਣ ਵਾਲਾ। ਦਸਵੇਂ ਪਾਤਸ਼ਾਹ ਮਹਾਰਾਜ ਜੀ ਜਦੋਂ ਰਾਤ ਨੂੰ ਸੌਂਦੇ ਸਨ ਤਾਂ ਇਹ ਨੰਗੀ ਤਲਵਾਰ ਲੈ ਕੇ ਮਹਾਰਾਜ ਦੇ ਪੈਰਾਂ ਵਾਲੇ ਪਾਸੇ, ਚਰਨਾਂ ਵਾਲੇ ਪਾਸੇ ਖਲੋਤਾ ਰਹਿੰਦਾ ਸਾਰੀ ਰਾਤ। ਹੈ ਇਲਾਕੇ ਦਾ ਚੌਧਰੀ, ਇਲਾਕੇ ਦਾ ਸਰਦਾਰ ਹੈ, ਨਿੱਕਾ ਮੋਟਾ ਬੰਦਾ ਕੋਈ ਨਹੀਂ ਹੈ। ਜਿਵੇਂ ਆਪਾਂ ਅੱਜ ਕਹਿ ਸਕਦੇ ਹਾਂ ਵੀ ਅੱਜ ਦਾ ਆਪਾਂ MLA ਕਹਿ ਲਈਏ ਵੀ ਇਲਾਕੇ ਨੇ ਉਹਨੂੰ ਚੁਣਿਆ ਹੋਇਆ, ਮੋਤਬਾਰ ਬਣਾਇਆ ਹੋਇਆ, ਇੰਨੀ ਪਾਵਰ ਰੱਖਦਾ। ਇਲਾਕੇ ਦਾ ਮੁਖੀ ਸੀਗਾ ਡੱਲਾ, ਪਰ ਜਦੋਂ ਸੇਵਾ ਦੀ ਵਾਰੀ ਆਈ ਤਾਂ ਆਪ ਖੜਦਾ, ਆਪਣੇ ਨੌਕਰਾਂ 'ਤੇ ਵਿਸ਼ਵਾਸ ਨਹੀਂ ਕਰਦਾ। ਉਹਨੂੰ ਪਤਾ ਦਸਵੇਂ ਪਾਤਸ਼ਾਹ ਦਾ ਵੈਰ ਸਰਕਾਰ ਦੇ ਨਾਲ ਹੈ, ਸਰਕਾਰ ਕਿਸੇ ਵੀ ਬੰਦੇ ਨੂੰ ਖਰੀਦ ਸਕਦੀ ਹੈ, ਅਤੇ ਖਰੀਦਿਆ ਹੋਇਆ ਬੰਦਾ ਰਾਤ ਨੂੰ ਮਹਾਰਾਜ 'ਤੇ ਹਮਲਾ ਵੀ ਕਰ ਸਕਦਾ। ਇਹ ਗੱਲ ਰੱਖ ਕੇ ਆਪ ਸੇਵਾ ਕਰਦਾ, ਸਾਰੀ ਰਾਤ ਖਲੋਤਾ ਰਹਿੰਦਾ, ਐਡਾ ਵੱਡਾ ਸਰਦਾਰ ਹੋ ਕੇ। ਇੱਕ ਦਿਨ ਮਹਾਰਾਜ ਬੜੇ ਖੁਸ਼ ਹੋਏ, ਕਹਿਣ ਲੱਗੇ ਡੱਲਿਆ ਤੇਰੀ ਸੇਵਾ ਤੋਂ ਖੁਸ਼ ਹੋਏ, ਕਿਉਂਕਿ ਵਜ਼ੀਰ ਖਾਨ ਨੇ ਚਿੱਠੀ ਪਾ ਦਿੱਤੀ ਸਰਹੰਦ ਵਿੱਚੋਂ, ਚਿੱਠੀ ਉੱਪਰ ਲਿਖਿਆ ਸੀ ਡੱਲਿਆ ਮਹਾਰਾਜ ਤੇਰੇ ਕੋਲ ਨੇ, ਤੂੰ ਸਾਨੂੰ ਫੜਾ ਦੇ, ਤੇਰੀ ਇਦੋਂ ਵੀ ਵੱਡੀ ਤਰੱਕੀ ਕਰ ਦਿਆਂਗੇ, ਨੌਕਰੀ ਹੋਰ ਵੱਡੀ ਕਰ ਦਿਆਂਗੇ, ਜਗੀਰਾਂ ਹੋਰ ਦੇ ਦਿਆਂਗੇ, ਮਾਇਆ ਜਿੰਨੀ ਕਵੇਂਗਾ ਮਿਲ ਜਾਏਗੀ। ਅਤੇ ਚਿੱਠੀ ਦੇ ਦੂਜੇ ਪਾਸੇ ਲਿਖਿਆ ਵੀ ਜੇ ਤੂੰ ਨਾ ਸਾਡਾ ਕਿਹਾ ਮੰਨਿਆ ਤਾਂ ਤੇਰਾ ਬਾਲ ਬੱਚਾ ਵੀ ਅਸੀਂ ਜਿਉਂਦਾ ਨਹੀਂ ਛੱਡਾਂਗੇ, ਧਮਕੀ ਵੀ ਨਾਲ ਹੀ ਲਿਖੀ ਹੈ। ਡੱਲੇ ਨੇ ਚਿੱਠੀ ਪੜ੍ਹੀ, ਇੱਕ ਪਾਸੇ 'ਤੇ ਲਿਖਿਆ ਜਗੀਰਾਂ ਮਿਲਣਗੀਆਂ, ਰਾਜ ਮਿਲੇਗਾ, ਧਨ ਮਿਲੇਗਾ, ਸਰਕਾਰੀ ਦਰਬਾਰੇ ਪਹੁੰਚ ਵੱਡੀ ਹੋ ਜਾਏਗੀ, ਦੂਜੇ ਪਾਸੇ ਲਿਖਿਆ ਵੀ ਜੇ ਨਾ ਮੰਨਿਆ ਤਾਂ ਜਿਹੜੀ ਪਹਿਲਾਂ ਤੇਰੇ ਕੋਲ ਜਗੀਰ ਹੈ ਨਾ ਉਹ ਵੀ ਨਹੀਂ ਰਹੇਗੀ, ਅਤੇ ਤੇਰੇ ਸਾਕ ਸੰਬੰਧੀ ਰਿਸ਼ਤੇਦਾਰ ਕੋਈ ਨਹੀਂ ਛੱਡਾਂਗੇ, ਸਭ ਨੂੰ ਕਤਲ ਕਰਾਂਗੇ, ਗੁਰੂ ਕਿੰਨਾ ਕੁ ਚਿਰ ਤੇਰੀ ਰਾਖੀ ਕਰੇਗਾ। ਇਹ ਗੱਲ ਦਾ ਪਤਾ ਸਿੱਖਾਂ ਨੂੰ ਵੀ ਲੱਗ ਗਿਆ, ਪਰ ਡੱਲੇ ਨੇ ਚਿੱਠੀ ਲਿਖੀ, ਜਵਾਬ ਦਿੱਤਾ ਵਜ਼ੀਰ ਖਾਨ ਨੂੰ, ਕਹਿਣ ਲੱਗਾ ਜਿੰਨਾ ਚਿਰ ਮੈਂ ਜਿਉਂਦਾ ਨਾ ਮੇਰੇ ਸਰੀਰ ਵਿੱਚ ਸਾਹ ਚੱਲਦੇ ਪਏ, ਉਨਾ ਚਿਰ ਤਾਂ ਤੁਸੀਂ ਮੇਰੇ ਗੁਰੂ ਵੱਲ ਵੇਖ ਨਹੀਂ ਸਕਦੇ, ਮੇਰੇ ਪਰਿਵਾਰ ਨੂੰ ਬੱਚਿਆਂ ਨੂੰ ਮਾਰਨਾ ਤਾਂ ਤੁਹਾਡੀ ਮਰਜ਼ੀ, ਮਾਰੀ ਜਾਓ, ਪਰ ਮੈਂ ਜਿਉਂਦਿਆਂ ਜੀ ਆਪਣੇ ਗੁਰੂ ਦੇ ਉੱਪਰ ਕਿਸੇ ਨੂੰ ਹਮਲਾ ਨਹੀਂ ਕਰਨ ਦਿਆਂਗਾ, ਮੈਨੂੰ ਨਹੀਂ ਚਾਹੀਦੀਆਂ ਜਗੀਰਾਂ ਜਾਇਦਾਦਾਂ। ਅੱਜ ਕੋਈ ਵੀ ਇਨਕਲਾਬ ਆਉਂਦਾ ਨਾ, ਚਾਰ ਬੰਦੇ ਇਕੱਠੇ ਹੁੰਦੇ ਸੰਘਰਸ਼ ਕਰਦੇ ਅਤੇ ਮੁਖੀ ਪਹਿਲਾਂ ਵਿਗਿਆ ਹੁੰਦਾ, ਮੈਂ ਚਾਰ ਬੰਦੇ ਲੈ ਕੇ ਆਵਾਂਗਾ, ਇੰਨੇ ਪੈਸੇ ਮੈਨੂੰ ਦੇ ਦਿਓ, ਸੰਘਰਸ਼ ਖਤਮ ਹੋ ਜਾਂਦਾ, ਕਿਉਂਕਿ ਸਰਕਾਰ ਨੇ ਮੋਢੀ ਨੂੰ ਖਰੀਦਣਾ, ਉਹਦੇ ਆਖੇ ਲਾ ਕੇ ਬਾਕੀਆਂ ਨੇ ਚੱਲਣਾ। ਅਤੇ ਜਦੋਂ ਮੋਢੀ ਵਿਕ ਗਿਆ
ਤੇ ਫਿਰ ਅੱਗੋਂ ਕੀ ਮਿਲਣਾ? ਕੁਛ ਨਹੀਂ ਮਿਲਣਾ। ਸਰਕਾਰ ਖਰੀਦਣਾ ਚਾਹੁੰਦੀ ਹੈ, ਡੱਲਾ ਵਿਕਿਆ ਨਹੀਂ। ਇੰਨੀ ਵੱਡੀ ਡੱਲੇ ਦੀ ਸੇਵਾ, ਅਸੀਂ ਤਾਂ ਮਾੜੀ ਜਿਹੀ ਸੇਵਾ ਕਰਕੇ ਬੜੇ ਫੁੱਲ ਜਾਈਦਾ, ਮੈਂ ਤਾਂ ਬੜਾ ਵੱਡਾ ਸੇਵਾਦਾਰ। ਪਰ ਜੇ ਸਾਨੂੰ ਸਮੇਂ ਦੀ ਸਰਕਾਰ ਆਖੇ ਵੀ ਤੁਹਾਨੂੰ ਆਹ ਕੰਮ ਕਰਨਾ ਪੈਣਾ, ਨਹੀਂ ਤਾਂ ਤੁਹਾਨੂੰ ਸਜ਼ਾ ਮਿਲੇਗੀ, ਅਸੀਂ ਝੱਟ ਹੀ ਇੱਧਰੋਂ ਛੱਡ ਕੇ ਉੱਧਰ ਨੂੰ ਭੱਜਾਂਗੇ। ਡੱਲੇ ਦੀ ਸੇਵਾ ਵੇਖੋ, ਇੱਕ ਪਾਸੇ ਜਗੀਰਾਂ ਜਾਂਦੀਆਂ ਪਈਆਂ, ਪਰਿਵਾਰ ਨੂੰ ਮਾਰਨ ਦੀ ਗੱਲ ਆਖੀ ਗਈ ਹੈ। ਇੱਕ ਪਾਸੇ ਜਗੀਰਾਂ, ਜਾਇਦਾਦਾਂ, ਧਨ ਪਦਾਰਥ ਮਿਲਦਾ ਪਿਆ, ਪਰ ਦੂਜੇ ਪਾਸੇ ਗੁਰੂ ਨੂੰ ਖਤਮ ਕਰਨ ਦੀ ਗੱਲ ਹੈ। ਡੱਲੇ ਨੇ ਆਖਿਆ, ਨਹੀਂ, ਮੈਂ ਜਿਉਂਦਾ ਰਹਾਂਗਾ ਜਿੰਨਾ ਚਿਰ ਗੁਰੂ 'ਤੇ ਵਾਰ ਕੋਈ ਨਹੀਂ ਕਰ ਸਕਦਾ, ਮੇਰੇ ਮਰੇ ਤੋਂ ਮਗਰੋਂ ਜੋ ਮਰਜ਼ੀ ਹੋਵੇ। ਦਸਵੇਂ ਪਾਤਸ਼ਾਹ ਨੂੰ ਪਤਾ ਲੱਗ ਗਿਆ ਵੀ ਡੱਲੇ ਨੇ ਸਾਡੇ ਕਰਕੇ ਸਰਕਾਰ ਨਾਲ ਦੁਸ਼ਮਣੀ ਲੈ ਲਈ ਹੈ। ਸਤਿਗੁਰੂ ਬੜੇ ਖੁਸ਼ ਇਹਦੇ 'ਤੇ, ਕਹਿਣ ਲੱਗੇ, ਮੰਗ ਡੱਲਿਆ, ਕੀ ਚਾਹੀਦਾ? ਜਿਹੜਾ ਪਦਾਰਥ ਮੰਗੇਗਾ ਮਿਲ ਜਾਏਗਾ, ਦੱਸ ਕੀ ਚਾਹੀਦਾ? ਸਰਕਾਰ 'ਤੇ ਨਿੱਕੀਆਂ ਮੋਟੀਆਂ ਜਗੀਰਾਂ ਦਿੰਦੀ ਹੈ, ਦੱਸ ਤੈਨੂੰ ਧਰਤੀ ਦਾ ਰਾਜ ਦਈਏ, ਤੂੰ ਐਡੀ ਵੱਡੀ ਸੇਵਾ ਕੀਤੀ, ਅਸੀਂ ਤੇਰੇ 'ਤੇ ਬੜੇ ਖੁਸ਼ ਹਾਂ। ਅਤੇ ਉਸ ਵੇਲੇ ਭਾਈ ਡੱਲੇ ਨੇ ਆਖਿਆ, ਮਹਾਰਾਜ, ਜਗੀਰਾਂ ਜਾਇਦਾਦਾਂ ਰਾਜ ਭਾਗ 'ਤੇ ਇੱਥੇ ਹੀ ਰਹਿ ਜਾਣੇ, ਪਤਾ ਨਹੀਂ ਕਿੰਨੇ ਕੁ ਆਏ, ਕਿੰਨੇ ਕੁ ਕਰ ਗਏ, ਕਿੰਨੇ ਕੁ ਮਰ ਗਏ, ਪਤਾ ਹੀ ਕੋਈ ਨਹੀਂ। ਜੇ ਮੈਨੂੰ ਦੇਣ ਲੱਗੇ ਹੋ ਨਾ, ਤਾਂ ਆਪਣੇ ਚਰਨਾਂ ਦੇ ਵਿੱਚ ਸੱਚਖੰਡ ਦੇ ਵਿੱਚ ਪੀੜ੍ਹੀ ਜਿੰਨੀ ਜਗ੍ਹਾ ਦੇ ਦਿਓ। ਪੀੜ੍ਹੀ ਬੈਠਣ ਵਾਲੀ ਹੁੰਦੀ ਨਾ, ਛੋਟੀ ਜਿਹੀ, ਪਹਿਲਾਂ ਮਾਈਆਂ ਬੀਬੀਆਂ ਚੌਂਕੇ ਵਿੱਚ ਪ੍ਰਸ਼ਾਦੇ ਬਣਾਉਂਦੀਆਂ ਸਨ ਅਤੇ ਪੀੜ੍ਹੀ 'ਤੇ ਬੈਠਦੀਆਂ, ਨਿੱਕਾ ਜਿਹਾ ਕੁ ਬੈਠਣ ਵਾਲਾ ਪੰਘੂੜਾ, ਮੂੜਾ ਆਪਾਂ ਕਹਿ ਸਕਦੇ ਹਾਂ, ਬਸ ਇੰਨੀ ਕੁ ਜਗ੍ਹਾ ਚਾਹੀਦੀ ਹੈ ਸੱਚਖੰਡ ਵਿੱਚ, ਬੈਠਣ ਜੋਗੀ ਮਿਲ ਜਾਵੇ, ਬਹੁਤੀ ਨਹੀਂ। ਇੰਨੀ ਸੇਵਾ ਕਰਨ ਤੋਂ ਮਗਰੋਂ ਵੀ ਦਸਵੇਂ ਪਾਤਸ਼ਾਹ ਨੇ ਨਾਂਹ ਵਿੱਚ ਸਿਰ ਲਾਇਆ, ਕਹਿਣ ਲੱਗੇ, ਡੱਲਿਆ, ਇਹ ਨਹੀਂ ਹੋ ਸਕਦਾ। ਹੁਣ ਭਾਈ ਡੱਲਾ ਵੀ ਹੈਰਾਨ ਵੀ ਇੰਨੀ ਸੇਵਾ ਕੀਤੀ, ਦਿਨੇ ਰਾਤ ਮੈਂ ਜਾਗਦਾ ਰਹਿੰਦਾ, ਸਮੇਂ ਦੀ ਸਰਕਾਰ ਨਾਲ ਪੰਗਾ ਲੈ ਬੈਠਾ। ਦਸਵੇਂ ਪਾਤਸ਼ਾਹ ਨੂੰ ਸਿਫਾਰਿਸ਼ ਵੀ ਕੋਈ ਨਹੀਂ ਕੀਤੀ, ਆਪੇ ਇਹਨਾਂ ਨੇ ਆਖਿਆ ਵੀ ਮੰਗ ਕੀ ਚਾਹੀਦਾ, ਅਤੇ ਜੇ ਮੰਗਿਆ ਤਾਂ ਸਿਰ ਲਾ ਦਿੱਤਾ ਵੀ ਨਹੀਂ ਮਿਲੇਗਾ, ਇਹ ਨਹੀਂ ਮਿਲੇਗਾ, ਹੋਰ ਦੱਸ ਕੀ ਚਾਹੀਦਾ। ਅਤੇ ਡੱਲੇ ਨੇ ਆਖਿਆ, ਕਹਿਣ ਲੱਗਾ, ਮਹਾਰਾਜ, ਫਿਰ ਇਹਦੇ ਤੋਂ ਬਿਨਾਂ ਮੈਨੂੰ ਹੋਰ ਕੋਈ ਚਾਹੀਦਾ ਵੀ ਨਹੀਂ ਹੈ, ਜੇ ਦੇਣਾ ਤਾਂ ਫਿਰ ਇਹ ਦਿਓ, ਨਹੀਂ ਦੇਣਾ ਤਾਂ ਫਿਰ ਰਹਿਣ ਦਿਓ। ਕਿਉਂਕਿ ਉਹ ਵੀ ਚੌਧਰੀ ਹੈ ਨਾ ਇਲਾਕੇ ਦਾ, ਉਹ ਵੀ ਅੜ ਗਿਆ ਵੀ ਜੇ ਮੈਂ ਅੜ ਕੇ ਸੇਵਾ ਕਰ ਸਕਦਾ, ਜੇ ਮੈਂ ਸਰਕਾਰ ਦੇ ਨਾਲ ਅੜ ਸਕਦਾ ਵੀ ਮੈਂ ਦਸਵੇਂ ਪਾਤਸ਼ਾਹ ਦੀ ਸੇਵਾ ਕਰਨੀ ਹੈ, ਦਸਵੇਂ ਪਾਤਸ਼ਾਹ ਦੇ ਅੱਗੇ ਵੀ ਅੜ ਗਿਆ, ਕਹਿਣ ਲੱਗਾ, ਮਹਾਰਾਜ, ਦੇਣਾ ਤਾਂ ਸੱਚਖੰਡ 'ਤੇ ਜਗ੍ਹਾ ਦਿਓ, ਨਹੀਂ ਦੇਣੀ ਤਾਂ ਫਿਰ ਕੁਝ ਨਹੀਂ ਚਾਹੀਦਾ। ਦਸਵੇਂ ਪਾਤਸ਼ਾਹ ਕਹਿਣ ਲੱਗੇ, ਡੱਲਿਆ, ਇਹ ਨਹੀਂ ਮਿਲਣਾ। ਕਹਿਣ ਲੱਗਾ, ਮਹਾਰਾਜ, ਕਿਉਂ ਨਹੀਂ ਮਿਲਣਾ? ਇਹ ਵੀ ਤਾਂ ਦੱਸੋ ਨਾ ਵੀ ਕਾਰਨ ਕੀ ਹੈ। ਸਤਿਗੁਰੂ ਕਹਿੰਦੇ, ਅਸੀਂ ਮਰਿਆਦਾ ਬੰਨ੍ਹ ਦਿੱਤੀ ਹੈ ਅਤੇ ਵਧੀ ਹੋਈ ਮਰਿਆਦਾ ਅਸੀਂ ਨਹੀਂ ਤੋੜਾਂਗੇ, ਅਸੀਂ ਸੱਚਖੰਡ ਦੇ ਵਿੱਚ ਉਹਨੂੰ ਲੈ ਕੇ ਜਾਵਾਂਗੇ ਜਿਹੜਾ ਅੰਮ੍ਰਿਤ ਛੱਕ ਕੇ ਮੇਰਾ ਸਿੱਖ ਬਣੇਗਾ। ਉਹਦੀ ਝੋਲੀ ਦੇ ਵਿੱਚ ਅਸੀਂ ਨਾਮ ਦੀ ਖੈਰ ਪਾਵਾਂਗੇ, ਉਹਨੂੰ ਅਸੀਂ ਨਾਮ ਦੇਵਾਂਗੇ ਵੀ ਆਹ ਨਾਮ ਜਪ ਤੈਨੂੰ ਮੁਕਤ ਕਰਾਂਗੇ। ਡੱਲਿਆ, ਤੂੰ ਸੇਵਾ ਬੜੀ ਕੀਤੀ ਹੈ ਪਰ ਤੂੰ ਅੰਮ੍ਰਿਤ ਨਹੀਂ ਛਕਿਆ, ਇਸ ਕਰਕੇ ਸੱਚਖੰਡ ਵਿੱਚ ਜਗ੍ਹਾ ਕੋਈ ਨਹੀਂ ਉਹ ਮਿਲਦੀ, ਪਦਾਰਥ ਜਿੰਨੇ ਚਾਹੀਦੇ ਲੈ ਲਾ। ਅੰਮ੍ਰਿਤ ਦੀ ਦਾਤ ਬੜੀ ਵੱਡੀ ਹੈ, ਦੁਨੀਆਂ ਦੇ ਪਦਾਰਥ 'ਤੇ ਕੁਝ ਵੀ ਨਹੀਂ ਉਹਦੇ ਅੱਗੇ। ਜਦੋਂ ਭਾਈ ਡੱਲੇ ਨੇ ਗੱਲ ਸੁਣੀ ਨਾ, ਹੱਥ ਵਿੱਚ ਨੰਗੀ ਤਲਵਾਰ ਰੱਖ ਕੇ ਉਸੇ ਵੇਲੇ ਦਸਵੇਂ ਪਾਤਸ਼ਾਹ ਦੇ ਚਰਨ ਫੜ ਲੈ, ਕਹਿਣ ਲੱਗਾ, ਮਹਾਰਾਜ, ਮੈਂ ਕਦੋਂ ਮਨਾ ਕੀਤਾ? ਜੇ ਤੁਸੀਂ ਇਹ ਚੀਜ਼ ਮੈਨੂੰ ਦੇ ਕੇ ਫਿਰ ਮੈਨੂੰ